ਹੈਲੋ ਗਾਈਸ, ਥੋੜ੍ਹਾ ਅੰਧੇਰਾ ਸਾ ਅੰਧੇਰਾ ਥੋੜ੍ਹਾ ਹਨੇਰਾ ਜਿਹਾ ਲੱਗ ਰਿਹਾ ਅਤੇ ਆਪਣਾ ਅਸਿਸਟੈਂਟ ਹੁਣ ਫੜੂਗਾ ਆਪਣਾ ਕੈਮਰਾ ਅਤੇ ਥੋੜ੍ਹਾ ਗੋਪਰੋ ਕਰਕੇ ਨਾ ਇਹਦੇ 'ਤੇ ਇੱਦਾਂ ਮੇਰੀ ਸ਼ਕਲ ਦੇਖਣੀ ਪੈਣੀ ਹੈ। ਹਾਂ, ਇਹ ਨਾਲ ਆਪਾਂ ਨੂੰ ਇਹਦਾ ਬੈਟਰੀ ਲੈਣੀ ਪੈਣੀ ਹੈ, ਐੱਲ ਈ ਡੀ ਲੈਣੀ ਪੈਣੀ ਹੈ, ਫਿਰ ਮੈਂ ਥੋੜ੍ਹਾ ਨਾ ਜ਼ਿਆਦਾ ਚੱਕਾ ਲੱਗਣਾ। ਇੱਧਰ ਵੀ ਆ ਲੈਣੀ ਸਾਰਾ, ਇੱਥੇ ਆ ਕੇ ਸਾਰੇ ਜਿਹੜੇ ਫੋਟੋਆਂ ਪਾਉਂਦੇ ਆ ਉਹ ਲੋਕਾਂ ਦੇ ਕਾਲਜੇ ਮਚਾ ਦਿੰਦੇ ਆ, ਅਤੇ ਇੱਥੇ ਆ ਕੇ ਜਦੋਂ ਕਹਿੰਦੇ ਫੋਟੋ ਪੈ ਜਾਂਦੀ ਹੈ ਜਾਂ ਵੀਡੀਓ ਪੈ ਜਾਂਦੀ ਹੈ, ਸਟੋਰੀ ਪੈ ਜਾਂਦੀ ਹੈ, ਉਦੋਂ ਕਹਿੰਦੇ ਵੀ ਲੋਕਾਂ ਦੇ ਕਾਲਜੇ ਮੱਚ ਜਾਂਦਾ ਜੀ, ਬੰਦਾ ਆਸਟ੍ਰੇਲੀਆ ਸਿਡਨੀ ਪਹੁੰਚ ਗਿਆ। ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਵੀ ਮੈਂ ਆਸਟ੍ਰੇਲੀਆ ਟੂਰ 'ਤੇ ਆਇਆ ਹੋਇਆ, ਵੀ ਇੱਥੇ ਆਪਾਂ ਪੀ ਆਰ ਲੈ ਲਈ ਹੈ। ਚੱਲ ਇਹ ਤਾਂ ਕੋਈ ਨਹੀਂ, ਮੈਂ ਮਿਊਟ ਕਰ ਦੂੰਗਾ, ਕੋਈ ਚੱਕਰ ਨਹੀਂ ਹੈਗਾ ਇਸ ਚੀਜ਼ ਦਾ। ਇਹਨੂੰ ਐਂ ਟੱਚ ਕਰ ਲਿਆ ਕਰ ਮਾੜਾ ਜਿਹਾ, ਇਸ ਵਾਰ ਚੱਲ ਪੈਣੀ ਆ, ਪਤਾ ਲੱਗ ਗਿਆ ਕਿਹੜੇ ਐਂਗਲ ਦਾ। ਇੱਧਰ ਆ ਗਿਆ ਓਪੇਰਾ ਹਾਊਸ, ਇਹਨੂੰ ਕਹਿੰਦੇ ਓਪੇਰਾ ਹਾਊਸ ਸਾਹਮਣੇ, ਇਹ ਹੈ ਓਪੇਰਾ ਹਾਊਸ ਗਾਈਸ, ਇਹਨੂੰ ਦੇਖੋ, ਇਹਨੂੰ ਕਹਿੰਦੇ ਓਪੇਰਾ ਹਾਊਸ। ਆਹ ਤਾਂ ਫਲੈਸ਼ ਤਾਂ ਬੰਦ ਹੀ ਕਰ ਲਵਾਂ, ਕੋਈ ਚੱਕਰ ਨਹੀਂ ਇਹਦਾ। ਚੱਲੀਏ ਫਿਰ ਆਪਾਂ ਉਧਰ ਗੇੜ ਦੇ ਕੇ, ਆਇਆ ਵਲੌਗ ਬਣਾਉਂਦੇ, ਫਿਰ ਕੋਈ ਗੱਲਬਾਤ ਸੁਣਾਓ ਸਾਨੂੰ ਇਹਦੇ ਬਾਰੇ, ਕੁਛ ਚਾਨਣਾ ਪਾਓ। ਇੱਥੇ ਵਿਵਿਡ ਹੋਇਆ ਸੀ ਥੋੜ੍ਹੇ ਟਾਈਮ ਪਹਿਲਾਂ ਡਰੋਨ ਸ਼ੋ। ਅੱਛਾ ਅੱਛਾ, ਇੱਥੇ ਡਰੋਨ ਸ਼ੋ ਹੋਇਆ ਸੀ ਪੂਰਾ, ਉਦੋਂ ਮੈਂ ਇੰਡੀਆ ਸੀਗਾ। ਇੰਡੀਆ ਸੀ ਉਦੋਂ, ਮੈਨੂੰ ਇਹਨਾਂ ਨੇ ਲੈਟਰ ਭੇਜਿਆ ਸੀ, ਉਹ ਕੀ ਕਹਿੰਦੇ ਇਨਵੀਟੇਸ਼ਨ ਲੈਟਰ ਭੇਜਿਆ ਸੀ, ਇਨਵੀਟੇਸ਼ਨ ਲੈਟਰ ਭੇਜਿਆ ਸੀ, ਬਟ ਐਗਜ਼ਾਮ ਹੋਣ ਕਰਕੇ ਅਸੀਂ ਥੋੜਾ ਲੇਟ ਹੋ ਗਏ ਸੀ। ਹਾਂ, ਤੇ ਇੱਥੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਲੋਕ ਬਹੁਤ ਐਕਸਾਈਟਡ ਹੋ ਕੇ ਇੱਥੇ ਉਤਸ਼ਾਹ ਨਾਲ ਭਰੇ ਹੋਏ ਆਉਂਦੇ ਆ, ਜਿਵੇਂ ਕਿ ਮੈਂ ਭਰਿਆ ਹੋਇਆ। ਦੇਖੋ ਗਾਈਜ਼, ਇੱਧਰੋਂ ਦੇਖੋ ਤੁਸੀਂ, ਆਹ ਸੀਗਲਸ ਫਿਰਦੇ ਨਾ ਸਾਹਮਣੇ, ਆ ਹਾਰਬਰ ਬ੍ਰਿਜ, ਦੈਟਸ ਕਾਲਡ ਹਾਰਬਰ ਬ੍ਰਿਜ ਐਂਡ ਦੈਟਸ ਸਿਡਨੀ ਓਪੇਰਾ ਹਾਊਸ। ਓਕੇ ਜੀ, ਅਤੇ ਬਸ ਇੱਥੋਂ ਦੀਆਂ ਇਹ ਆ ਗਈਆਂ ਸਕਾਈ ਸਕ੍ਰੈਪਰਸ ਸਿਡਨੀ ਦੇ ਓਪੇਰਾ ਹਾਊਸ ਦੇ ਨੀਅਰ ਅਬਾਊਟ, ਇਹ ਸਾਰੀ ਬਿਲਡਿੰਗ ਆ ਗਈ ਅੱਗੇ, ਅਤੇ ਤੁਸੀਂ ਦੇਖ ਸਕਦੇ ਹੋ ਇੱਥੋਂ ਸਾਹਮਣੇ ਡਾਊਟ ਰੂਲ ਚੱਲਦੇ ਆ। ਜੇ ਤੁਸੀਂ ਆਹ ਪਿੱਛੇ ਵਾਲਾ ਵਿਊ ਲੈਣਾ ਹੈ ਨਾ, ਆਪਣੀ ਵੀਡੀਓ ਚਲਾ ਲਓ ਜਾਂ ਸਟੇਜ ਚਲਾ ਲਓ, ਆਹ ਪਿੱਛੇ ਵਾਲਾ ਵਿਊ ਤੁਹਾਨੂੰ ਆਹ ਸਾਹਮਣੇ ਇਹਦੇ 'ਚ ਬੈਠ ਕੇ ਜਾਣਾ ਪੈਣਾ, ਆਹ ਸਾਹਮਣੇ ਡਾਊਟ ਰੂਲ ਜਾ ਰਹੀ ਹੈ, ਉੱਥੋਂ ਟਿਕਟ ਲਓ, ਉੱਥੋਂ ਬੈਠੋ, ਇਹ ਉੱਧਰ ਬੀਚ 'ਤੇ ਵੀ ਜਾਂਦੀ ਹੈ, ਇੱਥੇ ਸਾਰਾ ਪੂਰਾ ਗੇੜਾ ਦਵਾ ਕੇ ਲਿਆਉਂਦੇ ਆ, ਇਹ 'ਚ ਬੈਠੋ ਆਰਾਮ ਨਾਲ। ਤੁਸੀਂ ਦੱਸਣਾ ਚਾਹੋਗੇ ਕੁਛ? ਉੱਥੇ ਆਪਾਂ ਕੰਮ ਨਹੀਂ ਚੱਲਾਂਗੇ, ਉੱਧਰ ਆਪਾਂ ਜਾਵਾਂਗੇ ਗਾਈਸ, ਪਿੱਛੇ ਆਪਾਂ ਚੱਲਾਂਗੇ ਹਾਰਬਰ ਬ੍ਰਿਜ ਦੇ ਥੱਲੇ, ਲੂਨਾ ਪਾਰਕ ਆਪਾਂ ਚੱਲਾਂਗੇ ਕੱਲ੍ਹ ਨੂੰ, ਮਤਲਬ ਕਿ ਟੁਮਾਰੋ ਮੋਰਨਿੰਗ, ਜਾਂ ਫਿਰ ਜਦੋਂ ਸਾਡਾ ਇੱਧਰ ਆਉਣ ਦਾ ਗੇੜਾ ਲੱਗਿਆ ਹੋਊਗਾ। ਇੱਥੇ ਬਸ ਦੋ ਗੱਲਾਂ ਸਿੱਖ ਲਿਓ, ਸੌਰੀ, ਥੈਂਕ ਯੂ, ਅਤੇ ਹਵਾ ਮੈਚ, ਹਾਓ ਆਰ ਯੂ ਮੈਚ, ਥੈਂਕ ਯੂ, ਬਸ ਇਹ ਤਿੰਨ ਚਾਰ ਬਸ ਚੀਜ਼ਾਂ ਹੀ ਸਿੱਖ ਲਓ, ਫਿਰ ਤੁਹਾਡਾ ਕੰਮ ਮੁੱਕ ਗਿਆ, ਫਿਰ ਤੁਹਾਡੀ ਬੇੜੀ ਪਾਰ।
ਫਿਰ ਕਹਿ ਸਕਦੇ ਹੋ ਵੀ ਤੁਸੀਂ ਆਸਟ੍ਰੇਲੀਆ ਘੁੰਮਣਾ ਹੈ, ਫਿਰ ਦੇਖਣ ਵਾਲੇ ਨੂੰ ਵੀ ਐਂ ਲੱਗੂ ਪ੍ਰੋਫੈਸ਼ਨਲ ਦਾ ਵੀ ਹਾਂ ਬੰਦਾ ਵੀ ਤਕੜਾ ਯੂਟਿਊਬਰ ਹੈ, ਯੂਟਿਊਬਰ ਵੀ ਨਹੀਂ ਹੈਗੇ ਤਾਂ ਵੀ ਇਹ ਪ੍ਰੋਫੈਸ਼ਨਲ ਲਾਈਫ 'ਚ ਇਹ ਚੀਜ਼ਾਂ ਆਰਟੀਕੇਟਸ, ਹਾਂ ਇੱਥੋਂ ਆਰਟੀਕੇਟਸ ਬੰਦੇ ਦੇ ਪਤਾ ਲੱਗਦੇ ਆ ਵੀ ਇਹ ਚੀਜ਼ਾਂ ਬੇਸਿਕ ਉਹ ਆ ਜਾਂਦੇ ਆ, ਠੀਕ ਹੈ, ਅਤੇ ਇਹ ਗੁੱਡੀ ਥੋੜ੍ਹੀ ਜ਼ਿਆਦਾ ਆਰਟੀਕੇਟ। ਰੁਕੋ ਜ਼ਰਾ, ਸਬਰ ਕਰੋ, ਬੋਲਾ ਧੱਕਾ ਮੁੱਕੀ ਨਹੀਂ ਕਰ। ਇਹ ਗੁੱਡੀ ਥੋੜ੍ਹੇ ਜ਼ਿਆਦਾ ਟਿਕਟਸ ਰੱਖਦੀ ਆ, ਇਹ ਕਹਿੰਦੀ ਮੇਰਾ ਇਹਦੇ 'ਚ ਕਹਿੰਦੀ ਆਰਕੀਟੈਕਟ ਕਹਿੰਦੀ ਮੈਂ ਹੀ ਸੀਗੀ ਇੱਥੇ ਜਦੋਂ ਹਾਫੇ ਰਾਹਲ ਸੁਪਣਿਆ ਸੀਗਾ, ਅਤੇ ਕਹਿੰਦੀ ਸਮੈਂਟ ਇਹਨਾਂ ਨੂੰ ਮੈਂ ਹੀ ਸਪਲਾਈ ਕਰਾਇਆ ਸੀ। ਹਾਂ ਅਤੇ ਕਹਿੰਦੀ ਮੈਂ ਲੌਂਗ ਵਾਕ 'ਤੇ ਜਾਣਾ ਇਹਨੂੰ ਫਿਰ ਨਾਲ ਵਾਕ 'ਤੇ ਲਿਆਂਦਾ ਅੱਜ। ਕਰੋ ਚੈੱਕ, ਸੋ ਮਿਲਦੇ ਆ ਬ੍ਰੇਕ ਤੋਂ ਬਾਅਦ। ਓਕੇ, ਏ ਫਿਊ ਮੋਮੈਂਟਸ ਲੇਟਰ। ਓਏ ਲਾਈਟ ਲਾ ਦੇ ਮਾੜੀ ਜਿਹੀ ਫਲੈਸ਼ ਮੇਰੇ ਫੇਸ 'ਤੇ। ਹਾਂਜੀ ਗਾਇਜ਼, ਇਹ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਹੈਗਾ ਹਾਰਬਰ ਬ੍ਰਿਜ, ਠੀਕ ਆ, ਆਪਾਂ ਸਿਡਨੀ ਹਾਰਬਰ ਬ੍ਰਿਜ ਪਹੁੰਚੇ ਹੋਏ ਹਾਂ, ਅਤੇ ਆਹ ਸਾਹਮਣੇ ਉੱਤੇ ਹੈਗਾ ਇੱਧਰ ਓਪੇਰਾ ਹਾਊਸ, ਆਹ ਤੁਸੀਂ ਦੇਖ ਸਕਦੇ ਹੋ ਇੱਧਰ ਉੱਤੇ ਇਹ ਹੈਗਾ ਓਪੇਰਾ ਹਾਊਸ, ਉਹ ਆ ਗਏ ਸਿਡਨੀ ਦੇ ਸਕਾਈ ਸਕ੍ਰੈਪਰਸ ਆ ਗਿਆ, ਉੱਥੇ ਉਹ ਚੱਲਦੀਆਂ ਫੈਰੀਜ਼ ਚੱਲਦੀਆਂ ਨੇ ਪਬਲਿਕ ਫੈਰੀਜ਼, ਉਹ ਤੁਸੀਂ ਬੁੱਕ ਕਰਾ ਕੇ ਇੱਥੇ ਕਦੋਂ ਵੀ ਉਹ ਕਰ ਸਕਦੇ ਹੋ। ਅਗਰ ਤੁਸੀਂ ਇੱਥੇ ਮਿਊਜ਼ੀਅਮ 'ਚ ਜਾਣਾ ਤਾਂ ਇੱਥੇ ਤੁਸੀਂ ਟਿਕਟ ਬੁੱਕ ਕਰਾ ਕੇ ਇੱਥੇ ਕਦੋਂ ਮਰਜ਼ੀ ਘੁੰਮ ਫਿਰ ਸਕਦੇ ਹੋ। ਇਹ ਸਾਹਮਣੇ ਆ ਗਿਆ ਆਪਣਾ ਹਾਰਬਰ ਬ੍ਰਿਜ, ਠੀਕ ਹੈ। ਫਿਰ ਇਹ ਸੀ ਆਪਣਾ ਅੱਜ ਦਾ ਵਲੋਗ, ਤਾਂ ਚੈਨਲ 'ਤੇ ਅਗਰ ਤੁਸੀਂ ਨਵੇਂ ਆਏ ਹੋ ਤਾਂ ਮੇਕ ਸ਼ੋਰ ਟੂ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ, ਅਤੇ ਥੋੜ੍ਹੀ ਥੋੜ੍ਹੀ ਅੰਗਰੇਜ਼ੀ ਮਾਰਨ ਲੱਗ ਗਏ ਆਪਾਂ ਵੀ ਇੱਥੇ ਆ ਕੇ, ਮਾਹੌਲ ਦਾ ਪੈ ਗਿਆ ਫਰਕ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਕਮੈਂਟ ਕਰਕੇ ਦੱਸੋ ਤੁਹਾਨੂੰ ਆਪਣਾ ਵਲੌਗ ਕਿਵੇਂ ਦਾ ਲੱਗਿਆ, ਅਤੇ ਵੀਡੀਓ ਨੂੰ ਆਪਣੇ ਅੱਗੇ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ। ਤਾਂ ਮਿਲਦੇ ਹਾਂ ਨੈਕਸਟ ਵਲੌਗ 'ਚ, ਬਾਏ ਬਾਏ ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ।